ਔਰ ਜਨਤਾ ਤੇ ਜਿੰਨਾ ਵੀ ਉਹਦੇ ਤੇ ਇਹ ਜਬਰ ਜ਼ੁਲਮ ਕਰ ਸਕਦੇ ਆ ਇਹ ਕਿਸਾਈਆਂ ਦਾ ਕੰਮ, ਪਰ ਇਹ ਆਪਣੇ ਹੱਕ ਮੰਗਣ ਵਾਲਿਆਂ ਨੂੰ ਟੈਰੋਰਿਸਟ ਕਹਿੰਦੇ ਨੇ, ਪਰ ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਕਿਸਾਈ ਔਰ ਅੱਜ ਦੇ ਦੁਨੀਆ ਭਰ ਦੇ ਸਭ ਤੋਂ ਵੱਡੇ ਟੈਰੋਰਿਸਟ ਇਹ ਗੁਰੂ ਨਾਨਕ ਸਾਹਿਬ ਜੀ ਦੀ ਇਹ ਤੁਕ ਗੁਰਬਾਣੀ ਵੀ ਸਿੱਧ ਕਰਦੀ ਆ ਕਿ ਕੱਲ ਦੇ ਕਿਸਾਈ ਅੱਜ ਦੇ ਟੈਰੋਰਿਸਟ ਨੇ। ਕੀ ਆਪਾਂ ਆਸਾ ਦੀ ਵਾਰ ਵਿੱਚ ਰੋਜ਼ ਪੜ੍ਹਦੇ ਹਾਂ ਔਰ ਇਹ ਲੋਕ ਵੀ ਖੁਦ ਸੁਣਦੇ ਨੇ, ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਸ਼੍ਰੀ ਜਗਤ ਕਸਾਈ। ਔਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਮੋਹਰ ਲਾ ਕੇ ਸਿੱਧ ਕੀਤਾ, ਜਿਹੜਾ ਮੱਥੇ ਟਿੱਕਾ ਲਾਉਂਦਾ ਤੇੜ ਧੋਤੀ ਬੰਨਦਾ ਜਿਹੜੀ ਕਖਾਈ ਉਹਦੇ ਉੱਤੇ ਸਾੜੀ ਵਰਗਾ ਜਿਹੜਾ ਪੱਟਾ ਹੁੰਦਾ ਉਸਨੂੰ ਕਖਾਈ ਕਹਿੰਦੇ ਨੇ। ਇਹ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਇਹ ਲੋਕ ਇਹਨਾਂ ਦੇ ਹੱਥ ਚ ਹੈ ਛੁਰੀ ਇਹ ਜਗ ਦੇ ਕਸਾਈ। ਇਹ ਆਪਾਂ ਸੋਚਦੇ ਹਾਂ ਕਿ ਪੰਜਾਬ ਦੇ ਨਾਲ ਸੰਬੰਧਿਤ ਨਹੀਂ, ਇਹ ਦੁਨੀਆ ਦਾ ਸਭ ਤੋਂ ਵੱਡਾ ਟੈਰੋਰਿਸਟ ਆ। ਇਹ ਟੈਰੋਰਿਸਟ ਦੇ ਇਹ ਹਿੰਦੂ ਰਾਸ਼ਟਰ ਦੇ ਇਹ ਰਾਮ ਰਾਜ ਦੀ ਹਿੱਕ ਦੇ ਆ ਸਿੰਘਾਂ ਦਾ ਕਾਫਲਾ ਨੱਚਦਾ ਏ ਔਰ ਨੱਚਦਾ ਰਹੇਗਾ। ਔਰ ਪੰਜਾਬ ਦੇ ਵਿੱਚੋਂ ਉੱਠੀ ਬਗਾਵਤ ਅੱਜ ਭਾਵੇਂ ਕਿਸਾਨਾਂ ਦੇ ਅੰਦੋਲਨ ਦੀ ਗੱਲ ਬਣ ਚੁੱਕੀ ਆ, ਪਰ ਇਹ ਕਿਸਾਨਾਂ ਦੇ ਅੰਦੋਲਨ ਦੀ ਜਿੱਤ ਅਤਿ ਜ਼ਰੂਰੀ ਹੈ। ਇਹਨਾਂ ਦੇ ਗੱਲ ਦੇ ਵਿੱਚ ਫਸਿਆ ਰਾਮ ਰਾਜ ਦਾ ਕੀਲਾ ਕੱਢਣ ਲਈ, ਪਰ ਇਹ ਸਮਝਣਾ ਜ਼ਰੂਰੀ ਆ ਕਿ ਇਹ ਆਪਣੇ ਕਿਸਾਨੀ ਅੰਦੋਲਨ ਦੀ ਜਿੱਤ ਪੰਜਾਬ ਦੀਆਂ ਬਾਕੀ ਮੁਸੀਬਤਾਂ ਦੀ ਹੱਲ ਕਰ ਜਾਵੇਗੀ। ਨਹੀਂ, ਸਾਰੀਆਂ ਮੁਸੀਬਤਾਂ ਦੀ ਜੜ ਗੁਲਾਮੀ ਤੇ ਸਾਰੀਆਂ ਮੁਸੀਬਤਾਂ ਦਾ ਹੱਲ ਕੇਵਲ ਆਜ਼ਾਦੀ। ਆਜ਼ਾਦੀ ਨਾਲ ਹੀ ਇਹਨਾਂ ਦੇ ਮੂੰਹ ਭੰਨੇ ਜਾ ਸਕਦੇ ਨੇ, ਪਰ ਜੇ ਕੋਈ ਏਜੰਸੀਆਂ ਦਾ ਤਹਿ ਚੜ ਕੇ ਇਹਨਾਂ ਦਾ ਹੱਥ ਟੋਕਾ ਬਣ ਕੇ ਆਰਐਸਐਸ ਦੇ ਡੁਪਲੀਕੇਟ ਸਿੱਖ, ਜੇ ਸਾਡੀ ਸਿੱਖੀ ਦੀ ਖਾਲਿਸਤਾਨ ਦੀ ਹੋਂਦ ਦੀ ਵਿਰੋਧਤਾ ਕਰਦੇ ਨੇ, ਤਾਂ ਉਹ ਆਪਣੇ ਖਾਲਿਸਤਾਨ ਦੀ ਵਿਰੋਧਤਾ ਇਹਨਾਂ ਵੱਲੋਂ ਕਰਵਾਈ ਜਾ ਰਹੀ ਆ। ਇਹਨਾਂ ਦਾ ਮਿਸ਼ਨ ਵੀ ਸਾਡੀ ਸਿੱਖ ਕੌਮ ਚ ਝਾੜੂਆਂ ਦੇ ਵਿੱਚ ਨਿਰਾਸ਼ਤਾ ਪੈਦਾ ਕੀਤੀ ਜਾਵੇ। ਨਹੀਂ, ਇਹਨਾਂ ਦੀ ਇਹ ਨਿਰਾਸ਼ਤਾ ਕੰਮ ਨਾ ਕਰ ਸਕੀ, ਇਹਨਾਂ ਦੀਆਂ ਨਾਸਾਂ ਭਰ ਦਿੱਤੀਆਂ ਗਈਆਂ। ਅੱਜ ਦੇਖੋ ਇਸ ਮੁਜ਼ਾਹਰੇ ਵਿੱਚ ਜਿੰਨੀਆਂ ਵੀ ਗੱਡੀਆਂ ਆਈਆਂ ਇੱਕ ਇੱਕ ਗੱਡੀ ਦੇ ਉੱਤੇ ਇਹ ਸਲੋਗਨ ਆਜ਼ਾਦੀ ਦਾ ਲੱਗਿਆ, ਇੰਡੀਆ ਫ੍ਰੀ, ਖਾਲਿਸਤਾਨ, ਸੈਲਫ ਡਿਟਰਮੀਨੇਸ਼ਨ ਨਾਓ, ਅਸੀਂ